ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਪੱਤਰਕਾਰ ਭਾਈ ਚਾਹੀਰ ਦਾ। ਜਿਸ ਤਰ੍ਹਾਂ ਕਈ ਵਾਰ ਸਕੂਲਾਂ ਤੇ ਲਿਖਿਆ ਹੁੰਦਾ ਨਾ ਤੀਜਾ ਨੇਤਰ ਮਨੁੱਖ ਦਾ ਵਿਦਿਆ ਆ, ਤੇ ਮੈਂ ਕਹੂੰਗਾ ਵੀ ਇਹ ਵੀ ਤੀਜਾ ਨੇਤਰ ਹੀ ਆ ਜਿਹੜੇ ਘਰ ਪਿੰਡ ਇਲਾਕੇ ਦੇ ਵਿੱਚ ਦੇਸ਼ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਆਵਾਜ਼ ਪਹੁੰਚਾ ਦਿੰਦੇ ਆ ਤੇ ਸੱਚਾਈ ਸਾਹਮਣੇ ਲਿਆਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਤਾਰ ਸਿੰਘ ਨਸ਼ਾ ਵਿਰੋਧੀ ਮਿਸ਼ਨ ਖੱਪਣ ਬੋਲ ਪਿਆ ਪੰਜਾਬ ਪਿੰਡ ਸਿਦਮਾ ਦਾ ਰਹਿਣ ਵਾਲਾ ਹਾਂ। ਮੈਂ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ, ਕਦੀ ਕਿਸੇ ਪਿੰਡ ਟੀਕਾ ਲਾ ਕੇ ਮਰ ਗਿਆ, ਕਦੀ ਕਿਸੇ ਪਿੰਡ ਟੀਕਾ ਲਾ ਗਿਆ, ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਛਪਦੀਆਂ। ਉਸੇ ਤਰ੍ਹਾਂ ਹੀ ਸਾਡੇ ਭਿੱਖੀ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਆ, ਤੇ ਦਲ ਦਲ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ, ਜਿਹੜੇ ਅੱਜ ਤੱਕ ਲੱਖਾਂ ਰੁਪਈਆਂ ਦਾ ਹੀਰੋਇਨ ਚਿੱਟਾ ਪੀ ਗਏ ਆ, ਤੇ ਹੁਣ 20 ਦਿਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚਿੱਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਏ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ। ਕਿਉਂਕਿ ਮੇਰਾ ਬਾਪੂ ਪਿਤਾ ਜੀ ਮੇਰੇ ਗੁਰੂ ਨਾਨਕ ਹੋਸਪਿਟਲ ਦਾਖਲ ਸਨ, ਮੈਂ ਉੱਥੇ ਗਿਆ, ਇਹਨਾਂ ਮਗਰੋਂ ਸਿਲੰਡਰ ਤੱਕ ਲਾ ਕੇ ਵੇਚ ਦਿੱਤੇ। ਮੈਂ ਤਾਂ ਅੱਜ ਚਾਹ ਬਣਾਉਣ ਤੋਂ ਬੈਠਾ, ਖੰਡ ਦਾ ਤੋੜਾ ਲਿਆਂਦਾ ਸੌਦਾ, ਖੰਡ ਦਾ ਤੋੜਾ ਵੀ ਵੇਚ ਗਏ, ਰਿਫਾਇੰਡ ਲਿਆਂਦਾ ਪੀਪਾ, ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ। ਜ਼ਿਮੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ? ਹਾਂਜੀ, ਜ਼ਿਮੀਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ। ਮਹੱਤੜਾ ਆਦਮੀ, ਮਿਹਨਤ ਮਜ਼ਦੂਰੀ ਕਰਨ ਵਾਲਾ, ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹਾਂ। ਅੱਜ ਜਿਹੜਾ ਬੈਠੇ ਜੋ ਇੱਕ ਪਹਿਲਾਂ ਵੀ ਥੋੜਾ ਚਿਰ ਟਾਈਮ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ, ਤੁਹਾਡੀ ਉਹ ਵੀਡੀਓ ਤੁਹਾਡੀ ਸੀ ਨਾ? ਉਹ ਵੀਡੀਓ ਮੇਰੀ ਸੀਗੀ, ਮੇਰੇ ਲੜਕੇ ਨਸ਼ਾ ਕਰਨ ਨੂੰ ਨਹੀਂ ਹਟਦੇ, ਮੇਰੇ ਬਾਰ ਬਾਰ ਪੁਲਿਸ ਨੂੰ ਦਰਖਾਸਤਾਂ ਦੇਣਦੇ ਆ, ਮੈਂ ਦਰਖਾਸਤਾਂ ਲੈ ਕੇ ਬੈਠਾ ਆ ਵੀ ਜੇ SHO ਸਾਹਿਬ ਕਹਿਣ ਵੀ ਸਾਨੂੰ ਮਿਲਦਾ ਨਹੀਂ ਗਾ ਤੇ ਆ ਮੇਰੇ ਕੋਲੇ ਸਬੂਤ ਹਨ। ਆਹ ਭਿੱਖੀ ਪਿੰਡ SHO ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ, ਪਹਿਲੀ ਤੁਹਾਨੂੰ ਮੈਂ ਦੱਸ ਦਿੰਦਾ, 2/10/23 ਨੂੰ ਬਲਵੀਰ ਸਿੰਘ ਇਹ ਥਾਣੇਦਾਰ ਨੂੰ ਮਾਰ ਪਈ ਆ, ਜਿਹਦਾ ਨੰਬਰ ਹੈਗਾ 987। SSP ਤੱਕ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦਿੰਦੇ ਨੂੰ। ਮੈਂ ਬੇਨਤੀ ਕਰਦਿਆ ਵਾਂ ਮਾਣਯੋਗ DSP ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ, ਬਹੁਤ ਵਧੀਆ ਕੰਮ ਕਰਦੇ ਆ। 8 ਹਫ਼ਤੇ ਬਾਅਦ, 2 ਹਫ਼ਤੇ ਬਾਅਦ ਉਹਨਾਂ ਦੀ ਅਖਬਾਰ ਦੇ ਵਿੱਚ ਖਬਰ ਲੱਗ ਜਾਂਦੀ ਆ। ਥੱਲੜੇ ਉਹ ਡਰੋਨ ਡਿੱਗਾ ਫੜ ਲਿਆ, ਪੈਲੀਆਂ 'ਚੋਂ ਹੀਰੋਨ ਫੜ ਲਈ, ਦਲੀਰੀਓ ਫੜ ਲਿਆ, ਖੇਮ ਕਰਨੋਂ ਫੜ ਲਿਆ, ਰਾਜੋ ਕਿਉਂ ਫੜ ਲਿਆ। ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅੱਗੇ ਵੀ DSP ਜਿਹੜਾ ਪ੍ਰੀਤਿੰਦਰ ਸਿੰਘ, ਸਰਦਾਰ ਪ੍ਰੀਤਿੰਦਰ ਸਿੰਘ ਆ, ਉਹਨੂੰ ਡਰੋਨ ਦੇ ਹੀਰੋਨ BSF ਵਾਲੇ ਫੜ ਕੇ ਦਿੰਦੇ ਆ ਤੇ ਪਰਚਾ ਪੁਲਿਸ ਨੇ ਕਰਨਾ ਹੁੰਦਾ ਮੰਨ ਲਿਆ ਮੈਂ ਪਰਤਾ। ਜਿਹੜਾ ਭਿੱਖੀ ਵੰਡ DSP ਪ੍ਰੀਤਿੰਦਰ ਸਿੰਘ ਦੇ ਨੱਕ ਹੇਠ ਨਸ਼ਾ ਵਿਕ ਰਿਹਾ ਏ, ਉਹਦੇ ਤੇ ਕਿਉਂ ਨੀ ਕਾਰਵਾਈ ਹੋ ਰਹੀ? ਸੰਪਰਕ ਕਰੋ ਜਿਹੜੇ ਨੂੰ ਮੈਂ ਅੱਜ ਕੱਲ ਦਾ ਘਰੋਂ ਮੋਬਾਈਲ ਚੁੱਕ ਕੇ 3000 ਦਾ ਚਿੱਟਾ ਲਾ ਕੇ ਰਾਤ ਬੱਸ ਅੱਡੇ ਸੁੱਤਾ ਰਿਹਾ, ਅਸੀਂ ਰਾਤੀ ਵੀ ਲੱਭਦੇ ਰਹੇ, ਦਿਨੇ ਤੜਕੇ ਆ ਕੇ ਉਹਦੀਆਂ ਬਾਹਾਂ ਬੰਨ ਕੇ ਉਹਨੂੰ ਥਾਣੇ ਪੇਸ਼ ਕੀਤਾ। ਕਦੀ DSP ਪ੍ਰੀਤਿੰਦਰ ਤੱਕ ਅਪਰੋਚ ਕੀਤੀ ਆ ਵੀ ਸਰ ਆਹ ਗੱਲ ਆ, ਆਹ ਮਸਲਾ ਏ? ਮੈਂ ਕਿਹਾ ਮੈਂ ਕੀਤੀ, ਮੇਰੇ ਕੋਲੇ ਦਰਖਾਸਤਾਂ ਹੈਗੀਆਂ ਪਹਿਲੇ ਸਾਲ ਦੀਆਂ, ਹੁਣ ਮੈਂ ਤੁਹਾਨੂੰ ਇਹ ਵੀ ਦੇ ਦਿਆਂ ਪ੍ਰੀਤਿੰਦਰ ਸਿੰਘ ਨੂੰ ਦਰਖਾਸਤਾਂ ਦੇ ਨੰਬਰ। ਇੱਕੋ ਮਿੰਟ, ਇੱਕ ਆਈਏ 27/6/23 ਨੂੰ ਕੋਈ ਦਰਖਾਸਤਾਂ ਪਿੱਛੇ ਪਈਆਂ ਮੈਂ ਤੁਹਾਨੂੰ ਦੱਸ ਦਿੰਦਾ ਆ। ਮੈਂ ਪ੍ਰੀਤਿੰਦਰ ਸਿੰਘ DSP ਸਾਹਿਬ ਨੂੰ ਮਿਲਿਆ ਵੀ ਆ, ਉਹਦੇ ਸੰਬੰਧ ਦੇ ਵਿੱਚ ਨਸ਼ੇ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਤੋਂ ਦਰਖਾਸਤਾਂ ਮੇਰੇ ਕੋਲ ਮੁੱਖ ਮੰਤਰੀ ਤੱਕ, DGP, ਬਾਰਡਰ ਰੇਂਜ DIG ਸਾਹਿਬ ਦੀਆਂ ਦਰਖਾਸਤਾਂ ਨਾਲ ਉਹਨਾਂ ਦੇ ਟਿਕਟਾਂ ਲੱਗੀਆਂ ਹੋਈਆਂ ਮੇਰੇ ਕੋਲ ਮੌਜੂਦ ਹਨ, ਜੋ DSP ਸਾਹਿਬ ਨੂੰ ਆਈਆਂ, ਪਰ ਕੋਈ ਕਾਰਵਾਈ ਨਹੀਂ ਹੋਈ। ਧਰਨੇ ਤੇ ਬੈਠੇ ਜੋ ਅਸਲ ਮਕਸਦ ਇਹੀ ਆ ਵੀ ਮੇਰੇ ਲੜਕਿਆਂ ਨੂੰ ਫੜਨ ਜਾਂ ਨਸ਼ਾ ਬੰਦ ਕਰਨ। ਨਸ਼ਾ ਬੰਦ ਕੀਤਾ ਜਾਵੇ, ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ।